जी ਹੁਣਾਂ ਨੂੰ ਡਿਪਟੀ ਸੀਐਮ ਵੀ ਰਹੇ ਆ, ਸਰਕਾਰ 'ਚ ਵੀ ਰਹੇ ਆ, ਪਾਰਟੀ ਦੇ ਪ੍ਰਧਾਨ ਵੀ, ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ ਕਿ ਦੇਸ਼ ਦੇ ਵਿੱਚ ਇੱਕ ਕਾਨੂੰਨ ਆ, ਇੱਕ ਸੰਵਿਧਾਨ ਆ। ਜਦ ਤੁਹਾਡੀ ਪਾਰਟੀ ਉੱਤੇ ਸੰਵਿਧਾਨ ਵੀ ਦੋ ਬਣਾ ਲਿਓ, ਕਿ ਡਿਪਟੀ ਸੀਐਮ ਲਈ ਵੱਖਰਾ ਹੋਵੇ ਤੇ ਆਮ ਜਨਤਾ ਲਈ ਵੱਖਰਾ ਹੋਵੇ, ਜੇ ਤੁਸੀਂ ਕੋਈ ਕਾਨੂੰਨ ਹੱਥ ਚਲਾਓਗੇ ਤੇ ਕਾਨੂੰਨੀ ਕਾਰਵਾਈ ਤੇ ਹੋਣੀ। ਔਰ ਇੱਕ ਕੈਪਟਨ ਸਾਹਿਬ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਕਿ ਚਾਹੇ ਕਿੱਡਾ ਵੀ ਵੱਡਾ ਬੰਦਾ ਹੋਵੇ ਉਹਦੇ ਤੇ ਕਾਰਵਾਈ ਜ਼ਰੂਰ ਬਣੂਗੀ। ਔਰ ਬੜੀ ਮਤਲਬ ਇਹ ਗੱਲ ਨੂੰ ਸਮਝ ਸੋਚ ਕੇ ਸਟੇਜ ਤੋਂ ਜਿਹੜੀ ਬਿਆਨਬਾਜ਼ੀ ਕਰਦੇ ਆ, ਇੰਨਾ ਕੂੜ ਪ੍ਰਚਾਰ ਕਰਦੇ, ਇੰਨੇ ਮਤਲਬ ਤਲਖੀ ਭਰੇ ਸ਼ਬਦ ਇਹਨਾਂ ਦੇ ਮੂੰਹੋਂ ਜੱਚਦੇ ਨਹੀਂਗੇ, ਇਹ ਰਾਜਨੀਤੀ ਨੂੰ ਇੰਨੇ ਹੇਠਲੇ ਪੱਧਰ ਤੱਕ ਨਾ ਲੈ ਕੇ ਜਾਣ। ਔਰ ਉਹੀ ਖੁਮਾਰੀ ਆ ਕਿ ਗੱਡੀ 'ਚ ਉੱਤਰ ਕੇ ਆਪ ਤੁਸੀਂ ਲੋਕਾਂ ਨਾਲ ਲੜ ਰਹੇ ਜੇ, ਆਪ ਤੁਸੀਂ ਮਾਰਕੀਟ ਟਾਈ ਕਰ ਰਹੇ ਜੇ, ਇਹ ਸ਼ੋਭਾ ਨਹੀਂ ਦਿੰਦਾ।